ਮੈਂ ਸਮਝਦਾ ਜਿੱਥੇ ਬੀਜੇਪੀ ਤੇ ਆਰਐਸਐਸ ਦੀ ਘਟੀਆ ਸੋਚ ਤੇ ਮਿਨੋਰਟੀ ਦੇ ਖਿਲਾਫ ਉਹਨਾਂ ਦਾ ਐਟੀਟਿਊਡ ਦਿਖਾਉਂਦਾ ਉਹਦੇ ਨਾਲ ਨਾਲ ਆ ਜਿਹੜੇ ਸਾਡੇ ਵਾਲੇ ਇੱਥੇ ਜਿਹੜੇ ਲੀਡਰ ਬਣੇ ਫਿਰਦੇ ਆ ਕੌਮ ਦਾ ਜਿਹਨਾਂ ਨੇ ਠੇਕਾ ਲੈ ਰੱਖਿਆ ਉਹਨਾਂ ਨੇ ਵੀ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ ਤੇ ਅਸੀਂ ਡਟ ਕੇ ਇਸ ਗੱਲ ਦਾ ਵਿਰੋਧ ਕਰਦੇ ਹਾਂ। ਆ ਜੋ ਕੁਛ ਹੋ ਰਿਹਾ ਬਹੁਤ ਹੀ ਇਟ ਇਜ਼ ਇਨ ਵੈਰੀ ਬੈਡ ਟੇਸਟ ਐਂਡ ਇਟ ਵਿਲ ਨਾਟ ਬੀ ਟੋਲਰੇਟਡ ਐਟਲੀਸਟ ਬਾਏ ਦ ਪੰਜਾਬ ਪੀਪਲ। ਪੀਪਲ ਆਫ ਪੰਜਾਬ ਵਿਲ ਨਾਟ ਟੋਲਰੇਟ ਐਂਡ ਵਿਲ ਨਾਟ ਸਪੋਰਟ ਐਨੀ ਸੱਚ ਮੂਵ। ਆਪਣੀ ਨਲਾਇਕੀਆਂ ਆਪਣੀ ਬੇਅਦਬੀ ਦੇ ਅੰਦਰ ਇਹਨਾਂ ਨੇ ਜੋ ਕੁਛ ਇਹਨਾਂ ਦੀ ਸਾਂਠ ਗਾਂਠ ਸੀਗੀ ਜਿਹੜਾ ਡੇਰਾ ਮੁਖੀ ਦੇ ਨਾਲ ਬੈਠ ਕੇ ਸਾਂਠ ਗਾਂਠ ਸੁਖਬੀਰ ਬਾਦਲ ਹੋਰਾਂ ਨੇ ਮੁੰਬਈ ਜਾ ਕੇ ਕੀਤੀ, ਬਹਿਬਲ ਕਲਾਂ 'ਚ ਗੋਲੀਕਾਂਡ ਹੋਇਆ, ਸ਼ਹੀਦ ਹੋਏ, ਉਹਦੇ ਬਾਅਦ ਜਾਂਚ ਨੂੰ ਪ੍ਰਭਾਵਿਤ ਕਰਨ ਵਾਸਤੇ ਨੋਟਾਂ ਅਤੇ ਵੋਟਾਂ ਦੀ ਜਿਹੜੀ ਸਾਂਝ ਸੁਖਬੀਰ ਬਾਦਲ ਜੀ ਦੀ ਉਹਨਾਂ ਨੇ ਕੀਤੀ ਸੀ, ਜਿਹਦੇ ਵਾਸਤੇ ਜਾ ਕੇ ਉਹਨਾਂ ਨੂੰ ਇਸ ਉਮਰ ਦੇ ਅੰਦਰ ਆ ਕੇ ਬਾਦਲ ਸਾਹਿਬ ਨੂੰ ਜਾ ਕੇ ਉੱਥੇ ਹਰਿਮੰਦਰ ਸਾਹਿਬ ਦੇ ਅੰਦਰ ਜੋੜੇ ਸਾਫ਼ ਕਰਨੇ ਪਏ, ਆਪਣੇ ਆਪ ਹੀ ਉਹਨਾਂ ਨੇ ਸੇਵਾ ਲਾ ਲਈ, ਆਪਿਆ ਉੱਥੇ ਜੋੜੇ ਸਾਫ਼ ਕਰਕੇ ਆ ਗਏ। ਉਸ ਆਪਣੀ ਗਲਤੀਆਂ ਦੇ ਉੱਤੇ ਪਰਦਾ ਪਾਉਣ ਵਾਸਤੇ ਧਿਆਨ ਪਾਸੇ ਕਰਨ ਵਾਸਤੇ ਕਰ ਰਹੇ ਹੈ, ਪਰ ਹੁਣ ਮੈਂ ਸਮਝਦਾ ਵੀ ਮਸਲਾ ਜਿਹੜਾ ਹੈਗਾ ਡਾਕਟਰ ਮਨਮੋਹਨ ਸਿੰਘ ਇਕੱਲੇ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਫਖਰੇ, ਮੈਂ ਸਮਝਦਾ ਫਖਰੇ ਹਿੰਦ ਹੈ ਉਹਨਾਂ ਦੇ ਉੱਤੇ ਜਿਹੜੀ ਹੈ ਉਹਦੇ ਉੱਤੇ ਬਾਦਲ ਸਾਹਿਬ ਆਪਣੀ ਸਪਸ਼ਟੀਕਰਨ ਕਹਿਣ, ਕਿਉਂਕਿ ਸੁਖਬੀਰ ਬਾਦਲ ਹੋਰਾਂ ਦਾ ਕਹਿਣਾ ਨਾ ਕਹਿਣਾ ਉਹਨਾਂ ਤੋਂ ਨਾ ਤੋਂ ਮੈਂ ਤਵੱਕਲ ਕਰਦਾ ਨਾ ਹੀ ਉਹਨਾਂ ਦੀ ਗੱਲ ਦਾ ਕੋਈ ਮਾਇਨੇ। ਮੈਂ ਖੁਦ ਬਾਦਲ ਸਾਹਿਬ ਤੋਂ ਵੱਡੇ ਬਾਦਲ ਸਾਹਿਬ ਤੋਂ ਉਮੀਦ ਕਰਦਾ ਵੀ ਇਸ ਗੱਲ ਦਾ ਆ ਕੇ ਖੁੱਲ੍ਹ ਕੇ ਵਿਰੋਧ ਕਰਨਗੇ ਅਤੇ ਆਪਦੇ ਜਿਹੜੇ ਭਾਈਵਾਲ ਹੈ ਨਰਿੰਦਰ ਮੋਦੀ ਜੀ ਉਹਨਾਂ ਨੂੰ ਇਸ ਗੱਲ ਤੋਂ ਬਚਣ ਦੀ ਆਪਣੀ ਦੇਖੋ ਸਾਹਿਬ ਮੈਂ ਸੈਂਸਰ ਬੋਰਡ ਚੱਲੇ ਨਾ ਚੱਲੇ ਉਸ ਗੱਲ 'ਚ ਤਾਂ ਪੈਂਦਾ ਹੀ ਨਹੀਂ। ਮੈਂ ਤਾਂ ਇਹਨਾਂ ਦੀ ਸੋਚ, ਕਿਉਂਕਿ ਇਹ ਜਿਹੜੇ ਅਕਾਲੀ ਸੀਗੇ ਆਪਣੇ ਆਪ ਨੂੰ ਕਹਿੰਦੇ ਅਸੀਂ ਸਿੱਖ ਕੌਮ ਦਾ ਅਤੇ ਪੰਥ ਦਾ ਜਿਹਨਾਂ ਨੇ ਠੇਕਾ ਲੈ ਰੱਖਿਆ ਸੀਗਾ, ਡਾਕਟਰ ਮਨਮੋਹਨ ਸਿੰਘ ਵਾਹਿਦ ਸਾਡੇ ਨੁਮਾਇੰਦੇ ਦੇ ਤੌਰ 'ਤੇ ਉਦੋਂ ਪ੍ਰਧਾਨ ਮੰਤਰੀ ਬਣੇ ਅਤੇ ਉਹਨਾਂ ਨੂੰ ਜਦੋਂ ਵੋਟ ਦੀ ਲੋੜ ਸੀਗੀ, ਜਦੋਂ ਨਿਊਕਲੀਅਰ ਟ੍ਰੀਟੀ ਨੂੰ ਲੈ ਕੇ ਉੱਥੇ ਵੋਟ ਆਫ ਕੌਨਫੀਡੈਂਸ ਜਦੋਂ ਲੈ ਕੇ ਆਏ ਅਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਭੱਜਣ ਵਾਲੇ ਆਏ ਸੀਗੇ। ਅੱਜ ਗੱਲ ਮਸਲਾ ਇਹਨਾਂ ਦੀ, ਇਹਨਾਂ ਨੂੰ ਨਿਤਰਨਾ ਪਊਗਾ ਸਾਹਮਣੇ ਬਾਦਲ ਸਾਹਿਬ ਅਤੇ ਇਹਨਾਂ ਦੀ ਆ ਜਿਹੜੀ ਆ ਆਪਣੇ ਘਰ ਦਾ ਅਕਾਲੀ ਦਲ ਹੈ ਇਹਨੂੰ ਨਿਤਰਨਾ ਪਊਗਾ, ਇਹਨਾਂ ਨੂੰ ਆਪਣੀ ਸਪੈਸੀਫਿਕ ਕਲੈਰਿਟੀ ਦੇਣੀ ਪਊਗੀ ਕਿੱਥੇ ਖੜੇ ਹੈ, ਕੀ ਤੁਸੀਂ ਪੰਜਾਬ ਦੇ ਨਾਲ ਖੜੇ ਹੋ, ਕੀ ਡਾਕਟਰ ਮਨਮੋਹਨ ਸਿੰਘ ਦੇ ਨਾਲ ਖੜੇ ਹੋ, ਜਾਂ ਜਿਹੜੇ ਹੈ ਮਿਨੋਰਟੀ ਦੇ ਵਿਰੁੱਧ ਆਰਐਸਐਸ ਵਾਲੇ ਹੈ ਇਹਨਾਂ ਦੇ ਨਾਲ ਖੜੇ ਹੋ, ਆਹ ਗੱਲ ਉਹਨਾਂ ਨੂੰ ਬਾਦਲ ਸਾਹਿਬ ਨੂੰ ਸਪਸ਼ਟ ਕਰਨੀ ਪਊ। ਡਾਕਟਰ ਸਾਹਿਬ ਇੱਕ ਵੀਡੀਓ ਸਾਹਮਣੇ ਆਈ ਹੈ ਰਾਜਾ ਬੜਿੰਗ ਦੀ, ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਧੱਕੇ ਕਰਨ ਦੀ ਗੱਲ ਕੀਤੀ ਗਈ ਹੈ, ਇਹਦੇ ਬਾਰੇ ਕੀ ਕਹਿਣਾ ਸਰ? ਮੈਂ ਕੋਈ ਅਜਿਹੀ ਵੀਡੀਓ ਨਹੀਂ ਦੇਖੀ, ਹੁਣੇ ਮੇਰੇ ਕੋਲ ਵੀ ਇੱਕ ਫੋਨ ਇੱਥੇ ਆਉਣ ਤੋਂ ਪਹਿਲਾਂ ਆਇਆ, ਆਈ ਹੈਵ ਨਾਟ ਸੀਨ ਦਾ ਵੀਡੀਓ, ਵੀਡੀਓ ਮੈਨੂੰ ਦੇਖ ਲੈਣ ਦਿਓ। ਪਰ ਪੰਜਾਬ ਕਾਂਗਰਸ ਜਿਹੜੀ ਹੈ ਅਸੀਂ ਕਿਸੇ ਵੀ ਇਸ ਪੁਆਇੰਟ ਤੇ ਪਹੁੰਚ ਗਏ, ਤੁਹਾਡੀ ਵੀ ਤਿਆਰੀ ਹੋਣੀ ਆ ਕੇ ਹੁੰਦੀ ਹੈ, ਬਟ ਸਟਿਲ ਆਈ ਐਮ ਸੌਰੀ ਫਾਰ ਦ ਡਿਲੇ। ਅੱਜ ਤੁਹਾਨੂੰ ਜਿਸ ਮਕਸਦ ਵਾਸਤੇ ਤਕਲੀਫ ਦਿੱਤੀ ਹੈ ਬਹੁਤ ਹੀ ਦਿਲ ਦੇ ਉੱਤੇ ਪੱਥਰ ਰੱਖ ਕੇ ਮੈਂ ਕਹਿਣਾ ਚਾਹੁੰਦਾ, ਕਿਉਂਕਿ ਸਾਡੇ ਰਾਜਨੀਤਿਕ ਵਿਰੋਧ ਹੈ, ਪਾਰਟੀਆਂ ਦੇ ਆਪਸ 'ਚ ਰਾਜਨੀਤਿਕ ਵਿਰੋਧ ਹੁੰਦੇ ਹੈ, ਪਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਹੈ ਦੇਸ਼ ਦੇ, ਉਸ ਐਡੀ ਵੱਡੀ ਕੁਰਸੀ 'ਤੇ ਬੈਠੇ ਹੈ, ਉਹਦਾ ਕੁਰਸੀ ਦਾ ਸਤਿਕਾਰ, ਉਹਨਾਂ ਦਾ ਆਪ ਦਾ ਸਤਿਕਾਰ ਦੇਖਦੇ ਹੋਏ, ਪਰ ਫਿਰ ਵੀ ਮੈਨੂੰ ਅੱਜ ਮੈਨੂੰ ਬੜੇ ਦਿਲ ਦੇ ਉੱਤੇ ਪੱਥਰ ਰੱਖ ਕੇ ਕਹਿਣਾ ਪੈ ਰਿਹਾ ਵੀ ਚੌਕੀਦਾਰ ਸਿਰਫ ਚੋਰ ਹੀ ਨਹੀਂ, ਚੌਕੀਦਾਰ ਝੂਠਾ ਵੀ ਹੈ, ਇੱਕ ਚੋਰ ਤੇ ਉੱਤੋਂ ਚਤਰਾਈ। ਬਹੁਤ ਹੀ ਦੁੱਖ ਹੋਇਆ ਮੈਨੂੰ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਧਰਮਸ਼ਾਲਾ ਦੇ ਅੰਦਰ ਜਾ ਕੇ ਆਪਣੀ ਪਬਲਿਕ ਰੈਲੀ ਦੇ ਅੰਦਰ ਸਫੇਦ ਝੂਠ ਬੋਲਿਆ, ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਉਪਰਾਲਾ ਕੀਤਾ, ਜੋ 4,17,000 ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਜਿਹੜਾ ਮਾਫ਼ ਕੀਤਾ ਹੈ, ਤਕਰੀਬਨ 3600 ਕਰੋੜ ਰੁਪਇਆ, 3550 ਕਰੋੜ ਰੁਪਇਆ ਜਿਹੜਾ ਕਰਜ਼ਾ ਉਸਦਾ ਹੀ ਮਾਫ਼ ਕੀਤਾ ਹੈ, ਉਹਨੂੰ ਨਕਾਰ ਕੇ ਉਹਨੂੰ ਇਗਨੋਰ ਕਰਕੇ ਮੈਂ ਸਮਝਦਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ, ਜੋ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ, ਜਿਸ ਦਰਜੇ 'ਤੇ ਉਹ ਬੈਠੇ ਹੈ, ਜੋ ਉਹਨਾਂ ਨੂੰ ਅੱਜ
वाहेगुरु की कृपा हुई है, लोगों ने देश के लोगों ने विश्वास अपना दिता है, सेवा करने का मौका दिता है। उस पद की गिरमा जिहदे उत्ते पंडित जवाहर लाल नहरू, श्री लाल बहादुर शास्त्री, इंदिरा जी वर्गे महान शख्सियतां जिथे बैठी है, उस पद की गरिमा नूं ठेस पहुंचाई है। ते उहदे नाल नाल देश दे किसानां नूं बहुत वड्डा उन्होंने एक झटका दिता है। मैं समझदा बहुत वड्डा उन्होंने नाल धोखा करन वाली गल श्री नरेंद्र मोदी जी ने की है। साडा तां आ मन्ना सीगा वी देश दे प्रधानमंत्री होण दे नाते पंजाब सरकार नूं शलाघा करदे, पंजाब सरकार दी कैप्टन अमरिंदर सिंह जी दी पिठ थरापणा करदे, क्योंकि कैप्टन अमरिंदर सिंह जी दी रहनुमाई च पंजाब सरकार ने, पंजाब कांग्रेस ने आ राह दिखाई सी पंजाब करजे किसानां दी माफी करन वाली। जिथे अपोजिशन दे लोग सीगे इत्थे उदों वी कहिंदे सीगे करजा किसान दा माफ हो ही नहीं सकदा, ते हुण जदों 4,17,000 किसानां दे करजे माफ हो चुके ने, बाकी प्रोसैस चल रहे हैं, 1100 करोड़ रुपया के किसान का कर्जा अगले महीने वो अगली किश्त माफ होने लगी है। उदों इस किस्म के बयान आने मैं समझदा भी प्रधानमंत्री जी नूं शोभा नहीं दिंदा। सानू इस डॉक्टर मनमोहन सिंह जी ने जिस तरह 72,000 करोड़ रुपये का कर्जा माफ किया सीगा यूपीए सरकार के दौरान जदों डॉक्टर मनमोहन सिंह प्रधानमंत्री सी, उसे तर्ज के उत्ते सानू उम्मीद सी नरेंद्र मोदी जी करजे माफी की कोई गल करनगे, पर एक गल क्लीयर हो गई, सिर्फ ते सिर्फ साहूकारां वास्ते वो जो कुछ कर रहे हैं वो दे विच किसान बीजेपी दे किसे उन्हां दे उत्ते पटल दे उत्ते है नहीं। आ जिहड़ा झूठ बोले एक बहुत ही इहदे वास्ते असी ऑलरेडी क्योंकि प्रधानमंत्री दी ऑफिस ते रह के झूठ बोले वी आर एग्जामिनिंग ਵੀ ਅਸੀਂ ਪਾਰਲੀਮੈਂਟ ਜਦੋਂ ਸੋਮਵਾਰ ਨੂੰ ਮਿਲੂਗੀ ਉਹਦੇ ਵਿੱਚ ਅਸੀਂ ਇਹਦੇ 'ਤੇ ਕੋਈ ਪ੍ਰਿਵਿਲੇਜ ਮੂਵ ਬਣ ਸਕਦੀ ਹੈ ਉਹਦੇ ਖਿਲਾਫ਼, ਬਿਕੋਜ਼ ਪਾਰਲੀਮੈਂਟ ਦੇ ਬਾਹਰ ਉਹਨਾਂ ਨੇ ਬਿਆਨ ਦਿੱਤਾ ਹੈ ਡਿਊਰਿੰਗ ਦਾ ਜਦੋਂ ਪਾਰਲੀਮੈਂਟ ਸਦਨ ਚੱਲ ਰਿਹਾ ਹੋਵੇ ਉਹਦਾ ਐਗਜ਼ਾਮਿਨ ਕਰ ਰਹੇ ਹਾਂ, ਪਰ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਨੂੰ ਬੜੇ ਜ਼ੋਰ ਸ਼ੋਰ ਨਾਲ ਉਠਾਵਾਂਗੇ। ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਸਾਡੇ ਕਾਂਗਰਸ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਨੇ ਜਿੱਦਣ ਇਲੈਕਸ਼ਨ ਰਿਜ਼ਲਟ ਆਏ ਹੈ ਪਹਿਲੇ ਦਿਨ ਜਿੱਦਣ ਸਦਨ 11 ਤਰੀਕ ਨੂੰ ਜਿੱਦਣ ਇਲੈਕਸ਼ਨ ਰਿਜ਼ਲਟ ਆਇਆ ਹੈ ਰਾਹੁਲ ਜੀ ਨੇ ਜਿਸ ਤਰ੍ਹਾਂ ਕਿਹਾ ਸੀਗਾ ਵੀ ਅਸੀਂ ਸਰਕਾਰ ਨੂੰ ਚੈਨ ਦੀ ਨੀਂਦ ਨਹੀਂ ਸੌਣ ਦਿਆਂਗੇ ਜਦ ਤੱਕ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਹੋਵੇਗਾ, ਉਸ ਮੁੱਦੇ ਨੂੰ ਲੈ ਕੇ ਅਸੀਂ ਜਾ ਕੇ ਉੱਥੇ ਦਿਖਾਵਾਂਗੇ ਵੀ ਆਹ ਜਿਹੜਾ ਪੰਜਾਬ ਦੇ ਲੋਕ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੰਚੀ ਕੀ ਕੀਤਾ ਹੈ ਇਹਦੇ ਵਾਸਤੇ ਸਾਨੂੰ ਤਕਲੀਫ ਦਿੱਤੀ ਹੈ। ਮੇਰਾ ਮੰਨਣਾ ਹੈ ਇੱਕ ਤੋਂ ਕਰੇਲਾ ਉੱਪਰ ਸਿਰ ਨੀਮ ਚੜ੍ਹਾ, ਲੋਕਾਂ ਨੂੰ ਜੁਮਲੇ ਬੋਲਣ ਵਾਲੀ ਜਿਹੜੀ ਸਰਕਾਰ ਹੈ, ਸਿਰਫ ਜੁਮਲਿਆਂ ਨਾਲ ਕੰਮ ਚਲਾਉਣ ਵਾਲੀ ਸਰਕਾਰ ਹੈ, ਉਹ ਪੰਜਾਬ ਸਰਕਾਰ ਨੂੰ ਜਿਹਨੇ ਕਰੀਬਨ 3600 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਹੈ, ਉਸ ਦੀ ਸ਼ਲਾਘਾ ਨਾ ਕਰਕੇ ਉਹਨੂੰ ਝੁਟਲਾਉਣ ਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਆਘਾਤ ਇਹਨਾਂ ਨੇ ਕੀਤਾ। ਇੱਕ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ, ਮੈਨੂੰ ਬੜਾ ਇਸ ਗੱਲ ਦਾ ਬੜਾ ਠੇਸ ਪਹੁੰਚਦੀ ਹੈ, ਸਾਨੂੰ ਬੀਜੇਪੀ ਤੋਂ, ਸਾਨੂੰ ਆਰਐਸਐਸ ਤੋਂ ਹੋਰ ਕੋਈ ਉਮੀਦ ਨਹੀਂ ਸੀ, ਕਿਉਂਕਿ ਆਰਐਸਐਸ ਦੀ ਜਿਹੜੀ ਸੋਚ ਹੈ ਮਾਈਨੋਰਟੀਜ਼ ਦੇ ਖਿਲਾਫ ਹੈ, ਬੀਜੇਪੀ ਦਾ ਰਵੱਈਆ, ਬੀਜੇਪੀ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਨਰਿੰਦਰ ਮੋਦੀ ਜੀ ਦੇ ਰਹਿਨੁਮਾਈ ਦੇ ਵਿੱਚ, ਉਹਦੇ ਰਵੱਈਏ ਤੋਂ ਸਾਨੂੰ ਨਾ ਹੀ ਕੋਈ ਉਮੀਦ ਸੀ ਨਾ ਹੀ ਕੋਈ ਲੋਕ ਤਵੱਕੋ ਰੱਖਦੇ। ਪਰ ਹੁਣ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ, ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਪੂਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਉਹਨਾਂ ਦੀ ਸ਼ਾਨ ਦੇ ਵਿੱਚ ਜਿਸ ਤਰ੍ਹਾਂ ਗੁਸਤਾਖੀ ਕਰਨ ਦਾ ਇਹਨਾਂ ਨੇ ਕੰਮ ਕੀਤਾ, ਉਹਦੇ ਵਿੱਚ ਮੇਰਾ ਮੰਨਣਾ ਹੈ ਹਮੇ ਪਰਾਏ ਸ਼ੋਲੋਂ ਕਾ ਡਰ ਨਹੀਂ, ਹਮੇ ਡਰ ਤੋਂ ਆਤਿਸ਼ੇ ਗੁਲ ਸੇ ਹੈ, ਕਹੀਂ ਇਹ ਚਮਨ ਕੋ ਜਲਾ ਨਾ ਦੇ। ਸਾਨੂੰ ਜਿਹੜੇ ਸਾਡੇ ਇੱਥੇ ਕੌਮ ਦੇ ਠੇਕੇਦਾਰ ਬਣੇ ਬੈਠੇ ਹੈ, ਅਤੇ ਜਿਹੜੇ ਉਸ ਆਰਐਸਐਸ ਦੀ ਸਰਕਾਰ, ਬੀਜੇਪੀ ਦੀ ਸਰਕਾਰ ਦੇ ਵਿੱਚ ਭਾਈਵਾਲ ਹੈ, ਉਹ ਜਦੋਂ ਸਾਈਡ ਤੇ ਬੈਠ ਕੇ ਤਾਲੀ ਵਜਾਉਂਦੇ ਹੈ ਡਾਕਟਰ ਮਨਮੋਹਨ ਸਿੰਘ ਜੀ ਦੇ ਉੱਤੇ, ਬੀਜੇਪੀ ਵਾਲੇ, ਬੀਜੇਪੀ ਦੀ ਸਰਕਾਰ ਤੇ ਬੀਜੇਪੀ ਦੇ ਕਰਿੰਦੇ ਚਿੱਕੜ ਸਿੱਟਦੇ ਹੈ ਤੇ ਸਾਡੇ ਵਾਲੇ ਇੱਥੇ ਕੌਮ ਦੇ ਠੇਕੇਦਾਰ ਤਾਲੀ ਵਜਾਉਂਦੇ ਹੈ, ਮੈਂ ਅੱਜ ਤੁਹਾਡੇ ਰਾਹੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਾਡੇ ਮਾਨਯੋਗ ਫਾਰਮਰ ਚੀਫ ਮਿਨਿਸਟਰ ਸਾਹਿਬ ਤੋਂ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹਾਂਗਾ ਵੀ ਉਹ ਇਸ ਗੱਲ ਦੇ ਉੱਤੇ ਆਪਣਾ ਸਪਸ਼ਟੀਕਰਨ ਦੇਣ,
देश नूं स्पष्टीकरण देण, पंजाब दे लोकां नूं स्पष्टीकरण देण, सानूं स्पष्टीकरण इत्थे देण, ओह कित्थे खड़े है। जिहड़े लोग अज डॉक्टर मनमोहन सिंह नूं एक्सीडेंटल प्राइम मिनिस्टर कहण दी हिमाकत करदे है, उहनां नूं मैं कहना चाहना, डॉक्टर मनमोहन सिंह जी इज द इनक्रेडिबल प्राइम मिनिस्टर। उहनां वर्गा प्राइम मिनिस्टर इस करके नहीं भी उह साडे पंजाब दे है, एक साडे पंजाब दी आन बान ते शान है। इस करके मैं कहना चाहना भी उह कल्ले एक पंजाब दे नहीं, उह फखरे हिंद है। उहनां दे उत्ते कल्ले हिंदुस्तान नूं नहीं, मैं समझदा डॉक्टर मनमोहन सिंह जी नूं उहनां दे